ਪੈਰਾਡਾਈਜ਼ ਅਪਾਰਟਮੈਂਟ ਹੈ। ਹਾਂਜੀ ਹਾਂਜੀ ਭਾਈ ਇਹੀ ਹੈ। ਤੇ ਸ਼ਰਮਾ ਜੀ ਰਹਿੰਦਾ ਕਿਤੇ? ਕਿਹੜੇ ਸ਼ਰਮਾ ਜੀ? ਕਿਹੜੇ ਸ਼ਰਮਾ ਜੀ? ਭਾਜੀ ਭਾਈ ਸਾਹਿਬ ਹਾਂਜੀ ਤੁਹਾਨੂੰ ਕਹਿੰਦਾ ਪਿਆ ਮੈਂ। ਹਾਂਜੀ ਤੁਹਾਨੂੰ ਥੱਲੇ ਆਇਓ। ਮੈਂ ਇੱਕ ਮਿੰਟ ਆ ਜਾ। ਪ੍ਰੀਤੀ ਮੇਰੇ ਕੱਪੜੇ ਲਿਆਓ ਜਰਾ, ਬੰਦਾ ਗਿਫਟ ਲੈ ਕੇ ਆਇਆ ਮੇਰਾ। ਆ ਜਾ ਇੱਕ ਮਿੰਟ। ਹਾਂਜੀ ਇੱਕ ਬੰਦਾ ਆਇਆ ਕੁਛ ਏਡਾ ਵੱਡਾ, ਉਹਨੇ ਗਿਫਟ ਫੜਿਆ ਉਹਨਾਂ ਤੇ ਕੋਈ ਹੈ ਚਾਰਜ ਕਮੀਜ਼ ਲਿਆ ਪ੍ਰੀਤੀ ਮੈਂ ਦੱਸ ਦੇਣਾ ਪੱਗ ਨੀ ਬਣੀ ਹੋਈ, ਪੱਗ ਲੈ ਗਿਆ। ਉੱਚਾ ਬਹੁਤ ਥੱਕ ਗਿਆ। ਕੋਈ ਗੱਲ ਨੀ ਕੋਈ ਗੱਲ ਨੀ, ਠੀਕ ਹੈ। ਕਿੱਦਾਂ ਹੈ ਸ਼ਰਮਾ ਜੀ? ਇੱਥੇ ਰਹਿੰਦੇ ਨੇ ਸ਼ਰਮਾ ਜੀ? ਮਤਲਬ ਤੁਸੀਂ ਮੈਨੂੰ ਸ਼ਰਮਾ ਜੀ ਦਾ ਘਰ ਪੁੱਛਣਾ ਸੀ ਬੁਲਾਇਆ ਉੱਤੋਂ? ਮੈਂ ਅਸਲ 'ਚ ਸਾਰਿਆਂ ਨੂੰ ਪੁੱਛਿਆ, ਮੈਨੂੰ ਪਤਾ ਨਹੀਂ ਲੱਗਾ, ਮੈਂ ਕਿਹਾ ਤੁਹਾਨੂੰ ਬੁਲਾਵਾਂ। ਸ਼ਰਮਾ ਜੀ ਰਹਿੰਦੇ ਇੱਥੇ ਹੀ ਨੇ? ਆਇਓ ਦੱਸਦਾ ਤੁਹਾਨੂੰ। ਨਹੀਂ ਤੁਹਾਨੂੰ ਪਤਾ ਹੈ ਨਾ? ਹਾਂ ਆਓ ਦੱਸਦਾ, ਆਓ ਤਾਂ ਸਹੀ। ਸ਼ਰਮਾ ਜੀ ਦਾ ਘਰ ਕਿਹੜਾ ਹੈ? ਇਹ ਘਰ ਸ਼ਰਮਾ ਜੀ ਦਾ? ਨਹੀਂ ਇਹ ਮੇਰਾ ਘਰ ਹੈ। ਇਹ ਤੁਹਾਡਾ ਘਰ ਹੈ? ਹਾਂਜੀ। ਤੇ ਫਿਰ ਸ਼ਰਮਾ ਜੀ ਦਾ ਘਰ ਕਿਹੜਾ? ਮੈਨੂੰ ਸ਼ਰਮਾ ਜੀ ਦਾ ਘਰ ਨਹੀਂ ਪਤਾ। ਤੁਹਾਨੂੰ ਨਹੀਂ ਪਤਾ ਤਾਂ ਮੈਨੂੰ ਇੰਨਾ ਉੱਪਰ ਕਿਉਂ ਲੈ ਕੇ ਆਏ ਹੋ ਤੁਸੀਂ? ਤੁਸੀਂ ਮੈਨੂੰ ਇੰਨਾ ਥੱਲੇ ਨਹੀਂ ਬੁਲਾਇਆ ਹੈ।